ਨੱਚਦੇ ਸ਼ੁਕੀਨ ਮੁੰਡੇ ਉੱਡਦੀ ਮਿੱਟੀ ਵੇ ਮੱਥੇ ਚੁੰਮੇ ਹੱਸ ਕੇ ਕਿਹੜੇ ਸ਼ਹਿਰੋਂ ਚੋਬਰਾ ਸਵਾਇਆ ਕੁੜਤਾ ਵੇ ਸਾਨੂੰ ਜਾਵੀ ਦੱਸ ਕੇ ਘਰਾਂ ਵਿੱਚ ਕੈਂਠੇ ਕੰਨੀ ਮੁੰਦਰਾਂ ਤੇ ਡੋਲੇ ਤੇ ਤਵੀਤ ਕੱਸ ਕੇ ਥੱਲੇ ਲਾ ਦੇਣਾ ਤੇਰੀ ਮੰਗੀ ਇੱਕ ਗੋਲਡ ਦੀ ਚੈਨ ਨੇ ਤੇ ਕਮਰਿਆਂ ਤੇ ਡਾਲਰ ਮਿਲੇ
DJ. ਸੁਰੀਲੇ ਸੁਪਨਿਆਂ ਦੇ ਸੱਚ ਹੋਣ ਦੀ ਦਾਸਤਾਨ, ਕਾਬਲੀਅਤ ਨੂੰ ਕਾਮਯਾਬੀ ਦਾ ਮਿਲਦਾ ਮੁਕਾਮ, ਆਪਣੇ ਹੁਨਰ ਦੇ ਨਾਲ ਹਨੇਰਿਆਂ ਵਿੱਚੋਂ ਹੀਰਾ ਬਣ ਕੇ ਨਿਕਲਣ ਦੀ ਚਮਕ, ਸੁਰ ਸਾਜ਼ ਤੇ ਆਵਾਜ਼ ਦੀ ਸੱਤ ਸਮੁੰਦਰ ਪਾਰ ਤੱਕ ਪੈਂਦੀ ਧਮਕ, ਇਹ ਹੈ ਜੀ ਮਿਊਜ਼ਿਕ ਤੇ ਮਸਤੀ ਦਾ ਸਾਈਨ, ਵੌਇਸ ਆਫ ਪੰਜਾਬ ਸੀਜ਼ਨ 9। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਗੁਰਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕਮਾਇਨੀ ਸ਼ਰਮਾ। ਅੰਮ੍ਰਿਤਸਰ ਵਾਲਿਓ, ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਜੀ ਕਿ ਅੱਜ ਦਾ ਸਾਡਾ ਇਹ ਪ੍ਰੋਗਰਾਮ ਡੈਡੀਕੇਟਡ ਹੈਗਾ ਜੀ ਸਾਡੇ ਭਾਰਤ ਦੇਸ਼ ਨੂੰ, ਸਾਡੇ ਭਾਰਤ ਦੇਸ਼ ਦੇ ਜਜ਼ਬੇ ਨੂੰ ਤੇ ਸਾਡੇ ਵੀਰ ਜਵਾਨਾਂ ਨੂੰ। ਸੋ ਅਭਿਨੰਦਨ ਹੈ ਜੀ ਸਭ ਦਾ। ਵਾਹ ਜੀ ਵਾਹ, ਵਾਹ ਜੀ, ਇੰਨੀ ਠੰਡ ਵੀ ਤੁਸੀਂ ਸਾਰੇ ਇੱਥੇ ਪਹੁੰਚੇ ਹੋਏ ਹੋ, ਜੀ ਆਇਆਂ ਨੂੰ ਜੀ। ਸੋ ਦੋਸਤੋ, PTC ਪੰਜਾਬੀ ਦੀ ਜੇ ਮੈਂ ਗੱਲ ਕਰਾਂ ਤਾਂ PTC ਪੰਜਾਬੀ ਦਾ ਮੋਟਿਵ ਹੁੰਦਾ ਹੈ ਜੀ ਕਿ ਲੁਕੇ ਹੋਏ ਟੈਲੈਂਟ ਨੂੰ ਕਿਸੇ ਨਾ ਕਿਸੇ ਹਰੇਕ ਪਾਸੋਂ ਦੀ ਚੱਕ ਕੇ ਲੈ ਕੇ ਆਉਣਾ ਅਤੇ ਸਾਹਮਣੇ ਤੁਹਾਡੇ ਲੈ ਕੇ ਆਉਣਾ ਜੀ। ਸੋ ਜੇ ਗੱਲ ਮਿਊਜ਼ਿਕ ਦੀ ਹੋਵੇ ਤਾਂ PTC ਪੰਜਾਬੀ ਨੂੰ ਬੇਸ਼ੁਮਾਰ ਮੁਹੱਬਤ ਮਿਲਦੀ ਆ ਜੀ, ਪੂਰੀ ਦੁਨੀਆ ਵਿੱਚ ਵੱਸਦੇ ਹੋਏ ਪੰਜਾਬੀਆਂ ਦੀ। ਬਿਲਕੁਲ ਸਹੀ ਗੱਲ ਹੈ ਗੁਰਜੀਤ, ਜਿਵੇਂ ਸਾਲ ਦਰ ਸਾਲ ਰਿਸਪੋਂਸ ਮਿਲਿਆ ਹੈ ਨਾ ਵੌਇਸ ਆਫ ਪੰਜਾਬ ਨੂੰ, ਜਿਹੜਾ ਆਪਣੇ 9ਵੇਂ ਸਾਲ ਤੱਕ ਪਹੁੰਚਦੇ ਇੱਕ ਰਿਐਲਿਟੀ ਸ਼ੋਅ ਤੋਂ ਬਣ ਗਿਆ ਹੈ ਬ੍ਰਾਂਡ। ਜਿਸ ਬ੍ਰਾਂਡ ਯਾਨੀ ਕਿ ਵੌਇਸ ਆਫ ਪੰਜਾਬ ਸੀਜ਼ਨ 9 ਦਾ ਹੈਗਾ ਜੀ ਗ੍ਰੈਂਡ ਫਿਨਾਲੇ, ਤੇ ਸਾਡੇ ਸ਼ੋਅ ਦੇ ਕੋ ਪ੍ਰੈਜ਼ੈਂਟਰ ਨੇ ਜੀ ਗੋਦਰੇਜ ਨੰਬਰ 1 ਦੇਵੇ ਨੰਬਰ 1 ਨਿਖਾਰ, ਕੋਲਗੇਟ ਸਟਰੋਂਗ ਟੀਥ ਬਣਾਵੇ ਦੰਦ ਅੰਦਰੋਂ ਸਟਰੋਂਗ, ਪਾਵਰਡ ਬਾਈ ਆਸ਼ਾ ਕਿਰਨ ਫਰਟੀਲਿਟੀ ਵਰਲਡ, ਹੁਣ ਮਾਂ ਬਣਨ ਦਾ ਸੁਪਨਾ ਹੋ ਸਕਦਾ ਹੈ ਪੂਰਾ। ਮਿਊਜ਼ਿਕ ਸਟ੍ਰੀਮਿੰਗ ਪਾਰਟਨਰ ਨੇ ਗਾਣਾ ਪੰਜਾਬੀ ਮਿਊਜ਼ਿਕ ਸਟ੍ਰੀਮਿੰਗ ਐਪ, ਐਸੋਸੀਏਟ ਸਪੋਂਸਰ ਬ੍ਰੌਡਵੇ ਇਮੀਗ੍ਰੇਸ਼ਨ, ਕੈਪੀਟਲ ਹੋਸਪਿਟਲ ਜਲੰਧਰ ਐਂਡ ਮਹਾਕੋਸ਼ ਰਿਫਾਈਂਡ ਸੋਇਆਬੀਨ ਆਇਲ। ਇਹਦੇ ਨਾਲ ਹੀ ਆਈ ਮੀਡੀਆ ਪਾਰਟਨਰ ਨੇ ਵ੍ਰਿਤੀ ਮੀਡੀਆ, ਰੇਡੀਓ ਪਾਰਟਨਰ ਨੇ ਮਾਈ FM। ਸਾਡੇ US ਐਂਡ ਕੈਨੇਡਾ ਦੇ ਸਪੌਂਸਰਸ ਨੇ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ, ਐਸੋਸੀਏਟ ਸਪੌਂਸਰ ਨੇ ਕੁਲਾਰ ਹੋਸਪਿਟਲ ਫਾਰ ਵੇਟ ਲੂਜ ਸਰਜਰੀ ਬੀਜਾ ਲੁਧਿਆਣਾ, ਰਬ ਟਰਾਂਸਪੋਰਟ ਵਿਰਜੀਨੀਆ ਐਂਡ ਮੈਰੀਲੈਂਡ, ਗੇਟਵੇ ਪੀਜ਼ਾ ਐਂਡ ਜਵਾਹਰ ਪਾਡਾ, ਐਸਟ੍ਰੋਲੋਜਰ ਐਸਟ੍ਰੋਲੋਜਰ ਸੁਖਬੀਰ ਮੰਗਤ ਐਕਸਪਰਟ ਇਨ ਨਕਸ਼ਤਰ ਬੇਸਡ ਐਸਟ੍ਰੋਲੋਜੀ, ਜ਼ੂਮ ਪੇਪਲ ਸਰਵਿਸ, ਸੈਂਡ ਦਾ ਮਨੀ ਅਬਰੋਡ ਫਾਸਟ। ਤੇ ਸਾਡੇ UK ਦੇ ਸਪੌਂਸਰ ਨੇ ਜੀ ਲਵ ਯੂਰ ਪੋਸਟ ਕੋਡ ਸਟੇਟ ਏਜੰਟਸ, ਪਾਵਰਡ ਬਾਈ ਰੈਡ ਲੀਫ ਕੇਟਰਿੰਗ, ਐਸੋਸੀਏਟ ਸਪੌਂਸਰਸ ਆਰ ਮੋਰ ਫੂਡ ਸਾਊਥ ਹਾਲ ਐਂਡ ਕੁਲਚਾ ਐਕਸਪ੍ਰੈਸ ਸਾਊਥ ਹਾਲ, ਵਾਰਡਰੋਬ ਬਾਈ ਧਾਗੇ ਕ੍ਰੀਏਸ਼ਨਸ ਚੰਡੀਗੜ੍ਹ, CO ਬ੍ਰਾਈਡਲ ਸਟੂਡੀਓ ਲੁਧਿਆਣਾ, ਜਾਪਨਾ ਦਿੱਲੀ, ਸਿਜ਼ਲਰਸ ਦਿੱਲੀ, ਲਕਸ਼ਮੀ ਸਟੋਰ ਲੁਧਿਆਣਾ, ਮਾਹੀ ਡਿਜ਼ਾਈਨ ਸਟੂਡੀਓ ਬਾਈ ਮੁਕੇਸ਼ ਮਹਿਰਾ ਅੰਮ੍ਰਿਤਸਰ, ਮਨੋ ਡਿਜ਼ਾਈਨ ਸਟੂਡੀਓ ਅੰਮ੍ਰਿਤਸਰ, ਜਵੈਲਰੀ ਬਾਈ ਲਕਸ਼ਮੀ ਸਟੋਰ ਲੁਧਿਆਣਾ, ਮੇਕਅਪ ਬਾਈ ਕਲਰ ਲਾਂਚ ਅੰਮ੍ਰਿਤਸਰ। ਤੇ ਮੈਂ ਕਿਹਾ ਜੀ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ ਕਿ ਬਈ ਵਿਨਰ ਨੂੰ ਕੀ ਮਿਲੂਗਾ। ਸੋ ਵੌਇਸ ਆਫ ਪੰਜਾਬ ਸੀਜ਼ਨ 9 ਦੇ ਵਿਨਰ ਨੂੰ ਮਿਲੂਗਾ ਜੀ PTC ਰਿਕਾਰਡਸ ਵੱਲੋਂ ਇੱਕ ਗਾਣਾ ਰਿਕਾਰਡ ਕਰਨ ਦਾ ਮੌਕਾ, ਤੇ ਨਾਲ ਦੀ ਨਾਲ PTC ਵੱਲੋਂ 1,00,000 ਰੁਪਏ ਦਾ ਇਨਾਮ, ਤੇ ਫਸਟ ਰਨਰ ਅਪ ਨੂੰ 50,000 ਦਾ ਇਨਾਮ, ਤੇ ਸੈਕਿੰਡ ਰਨਰ ਅਪ ਨੂੰ 35,000 ਦਾ ਇਨਾਮ। ਕੀ ਬਾਤ ਹੈ ਗੁਰਜੀਤ, ਹੈ ਵੈਸੇ ਗ੍ਰੈਂਡ ਫਿਨਾਲੇ ਚ ਪਹੁੰਚੀ ਹੋਈ ਤੇ TV ਥਰੂ ਜੁੜੀ ਨੈਸ਼ਨਲ ਤੇ ਇੰਟਰਨੈਸ਼ਨਲ ਆਡੀਅੰਸ ਦਾ ਤਹਿ ਦਿਲ ਤੋਂ ਵੈਲਕਮ ਹੈ ਜੀ।
ਤੇ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਐਤਕੀ ਜਦੋਂ ਵੋਇਸ ਆਫ ਪੰਜਾਬ ਸੀਜ਼ਨ 9 ਦੇ ਆਪਾਂ ਆਡੀਸ਼ਨ ਸ਼ੁਰੂ ਕੀਤੇ ਸੀਗੇ ਜੀ, ਤਾਂ ਉਦੋਂ ਤੋਂ ਸਾਨੂੰ ਅੰਦਾਜ਼ਾ ਹੋ ਗਿਆ ਸੀਗਾ ਕਿ ਐਤਕੀ ਸਾਰੇ ਰਿਕਾਰਡ ਟੁੱਟਣਗੇ, ਤੇ ਇਦਾਂ ਹੀ ਹੋਇਆ ਜੀ। ਤੁਸੀਂ ਆਪ ਦੇਖ ਲਓ ਜੀ ਕਿ ਆਪਣੇ ਖਾਬਾਂ ਨੂੰ ਹਕੀਕਤ ਦਾ ਰੂਪ ਦੇਣ ਦੇ ਲਈ ਆਡੀਸ਼ਨਸ ਵਿੱਚ ਪਹੁੰਚੇ ਹਜ਼ਾਰਾਂ ਹੀ ਸੁਰੀਲੇ ਕੰਟੈਸਟੈਂਟ। ਜੇ ਮਿੱਤਰੋ ਤੁਸੀਂ ਹਿਸਾਬ ਲਾ ਕੇ ਦੇਖ ਲਓ, ਆਗਾਜ਼ ਐਡਾ ਜ਼ਬਰਦਸਤ ਹੋਇਆ ਹੋਵੇ ਜਿਸ ਸ਼ੋਅ ਦਾ, ਉਹਦਾ ਅੰਜਾਮ ਫਿਰ ਕਿੰਨਾ ਕੁ ਜ਼ਬਰਦਸਤ ਹੋਣ ਵਾਲਾ ਹੈ। ਬਿਲਕੁਲ ਸਹੀ ਗੱਲ ਹੈ ਗੁਰਜੀਤ, ਔਰ ਤੁਹਾਨੂੰ ਪਤਾ ਕਿ ਵੋਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਦੇ ਵਿੱਚ, ਯਾਨੀ ਕਿ ਇਸ ਮਹਾਂ ਮੁਕਾਬਲੇ ਦੇ ਵਿੱਚ ਪਹੁੰਚੇ ਨੇ 6 ਪਾਰਟਿਸਪੈਂਟ, ਯਾਨੀ ਕਿ 6 ਫਾਈਨਲਿਸਟ, ਜਿਹਨਾਂ ਵਿੱਚੋਂ 5 ਫਾਈਨਲਿਸਟ ਇੰਡੀਆ ਤੋਂ ਨੇ ਤੇ 1 ਫਾਈਨਲਿਸਟ ਕੈਨੇਡਾ ਤੋਂ ਵਿਨ ਕਰਕੇ ਆਇਆ ਹੈ। ਤੇ ਅੰਮ੍ਰਿਤਸਰ ਵਾਲਿਓ, ਠੰਡ ਵਿੱਚ ਮੜ ਜਾ ਤੱਤੇ ਰਹੋ। ਤੇ ਆਓ ਜੀ ਫਿਰ ਸਭ ਤੋਂ ਪਹਿਲਾਂ ਆਪਾਂ ਇਹਨਾਂ 6 ਜਿਹੜੇ ਫਾਈਨਲਿਸਟ ਹੈਗੇ ਨੇ ਇਹਨਾਂ ਦੀ ਪ੍ਰੋਫਾਈਲ ਦੇਖਦੇ ਹਾਂ। ਸੁਖਿਆ ਵੀ ਹੈਵ ਦਾ ਏ ਵੀ ਪਲੀਜ਼। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜਤਿੰਦਰ ਮਾਲੇਵਾਲ। ਪਰਮਾਤਮਾ ਦੀ ਕਿਰਪਾ ਨਾਲ ਮੈਂ ਹੁਣ ਪਹੁੰਚ ਗਿਆ ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਾਈਨਲ। ਜ਼ਿੰਦਗੀ ਵੀ ਕੀ ਕੁਝ ਦਿਖਾਉਂਦੀ ਹੈ, ਕਦੇ ਸਟਰਗਲ ਤੇ ਕਦੇ ਸਟਾਰਡਮ। ਇਦਾਂ ਦੇ ਗਾਣੇ ਗਾਉਣ ਲਈ ਇੱਕ ਵੈਸੇ ਯਾਰ ਹਿੱਕ 'ਚ ਜਾਣ ਚਾਹੀਦੀ। ਇਦਾਂ ਦਾ ਹੀ ਆਮ ਤੋਂ ਖਾਸ ਬਣਨ ਦਾ ਸਫ਼ਰ ਤੈਅ ਕੀਤਾ ਜ਼ਿਲ੍ਹਾ ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ਮੱਲੇਵਾਲ ਦੇ ਇੱਕ ਗੱਭਰੂ ਨੇ, ਜਿਸ ਦੇ ਸੁਰਾਂ ਦੇ ਸਾਥ ਨੇ ਉਸ ਨੂੰ ਬਣਾ ਦਿੱਤਾ ਹੈ ਸਟਾਰ। ਇਹ ਹੈ ਜਤਿੰਦਰ ਮੱਲੇਵਾਲ। ਸੁਰ ਤੇ ਸਾਜ਼ਾਂ ਨੂੰ ਆਪਣਾ ਹਾਣੀ ਬਣਾ ਕੇ ਸ਼ਹਿਰ ਲੁਧਿਆਣਾ ਦੀ ਇਸ ਸੁਰੀਲੀ ਮੁਟਿਆਰ ਨੇ ਆਪਣੀ ਬੁਲੰਦ ਆਵਾਜ਼ ਦਾ ਪਰਚਮ ਸਾਰੀ ਦੁਨੀਆਂ ਵਿੱਚ ਲਹਿਰਾਇਆ। ਮੈਨੂੰ ਲੱਗਦਾ ਸਾਰਾ ਗੀਤ ਹੀ ਤੇਰੇ ਲਈ ਬਣਾਇਆ ਗਿਆ ਹੈ। ਆਪਣੀ ਗਾਇਕੀ ਦੇ ਜ਼ਰੀਏ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਵਾਲੀ ਇਹ ਮੁਟਿਆਰ ਹੈ ਸੁਖਪ੍ਰੀਤ ਕੌਰ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਨੂਪ, ਸ਼ਹਿਰ ਜਲੰਧਰ ਤੋਂ। ਮੇਰੀ ਮਿਹਨਤ ਤੇ ਤੁਹਾਡੀਆਂ ਦੁਆਵਾਂ ਰੰਗ ਲੈ ਆਈਆਂ। ਮੈਂ ਜਿੰਦੇ ਲਈ ਮੈਂ ਪਹੁੰਚ ਗਿਆ ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਦੇ ਵਿੱਚ। ਗੁਲੂਕਾਰਾਂ ਦੇ ਸ਼ਹਿਰ ਤੇ ਦੁਆਬੇ ਦੇ ਦਿਲ ਜਲੰਧਰ ਦੇ ਇਸ ਗੱਭਰੂ ਨੇ ਆਪਣੀ ਜ਼ਿੰਦਗੀ ਦਾ ਸਿਰਨਾਮਾ ਲਿਖ ਦਿੱਤਾ ਹੈ ਸੰਗੀਤ ਦੇ ਨਾਮ। ਗਾਇਕੀ ਲਈ ਜਨੂੰਨ ਇਸ ਦੀ ਆਵਾਜ਼ ਤੇ ਇਸ ਦੀ ਹਰ ਇੱਕ ਪਰਫਾਰਮੈਂਸ ਅੰਦਰ ਸਾਫ ਝਲਕਦਾ ਹੈ। ਪਲੇ ਬੈਕ ਸਿੰਗਰ ਬਣਨ ਦਾ ਸੁਪਨਾ ਲੈ ਕੇ ਆਇਆ ਹੈ ਅਨੂਪ ਤਾਰੀ। ਗਾਇਕੀ ਵਿੱਚ ਨਾਮ ਕਮਾਉਣ ਦੀਆਂ ਮਾਤਾ ਪਿਤਾ ਦੀਆਂ ਅਧੂਰੀਆਂ ਖਾਹਿਸ਼ਾਂ ਨੂੰ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ ਬਿਲਾਸਪੁਰ ਹਿਮਾਚਲ ਪ੍ਰਦੇਸ਼ ਦੇ ਇਸ ਗੱਭਰੂ ਨੇ। ਇੱਕ ਕਾਮਯਾਬ ਗਾਇਕ ਬਣ ਕੇ ਪਰਿਵਾਰ ਨੂੰ ਖੁਸ਼ੀਆਂ ਵੰਡਣਾ ਹੀ ਇਸ ਦਾ ਮਕਸਦ ਹੈ ਤੇ ਇਹ ਸੁਰਬਾਜ਼ ਹੈ ਗੌਰਵ ਕੋਂਡਲ। ਜਾਗੋ ਵਿੱਚ ਨੱਚੀ ਨੀ ਮੈਂ ਉਹਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਰੀਨਾ ਨਾਫਰੀ। ਚ ਖੜ ਕੇ ਤੁਹਾਡਾ ਆਸ਼ੀਰਵਾਦ ਮੈਨੂੰ ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਤੱਕ ਲੈ ਆਇਆ ਹੈ। ਸੋਹਣੇ ਸ਼ਹਿਰ ਰੋਪੜ ਦੀ ਇਸ ਸੋਹਣੀ ਜਿਹੀ ਮੁਟਿਆਰ ਦੇ ਸੁਪਨੇ ਵੀ ਬੜੇ ਸੋਹਣੇ ਨੇ। ਆਪਣੇ ਸੁਰਾਂ ਦੇ ਦਮ ਤੇ ਸਾਰੀ ਦੁਨੀਆ ਤੇ ਛਾ ਜਾਣ ਦੀ ਚਾਹਤ ਰੱਖਦੀ ਹੈ ਇਹ ਮੁਟਿਆਰ। ਬੜਾ ਖੁਸ਼ ਹੋਇਆ। ਇਹ ਹੈ ਰੀਨਾ ਨਾਫਰੀ। ਮੈਂ ਤੇਰੀ ਤੂੰ ਮੇਰਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਖਚੈਨ ਸਿੰਘ। ਕੈਨੇਡਾ ਦੇ ਮੁਸ਼ਕਲ ਮੁਕਾਬਲਿਆਂ ਨੂੰ ਪਾਰ ਕਰਕੇ ਮੈਂ ਪਹੁੰਚਿਆ ਹਾਂ ਵੋਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਵਿੱਚ। ਕਹਿੰਦੇ ਨੇ ਕਿ ਸੁਪਨਿਆਂ ਦੀ ਕੋਈ ਹੱਦ ਨਹੀਂ ਹੁੰਦੀ। ਬਹੁਤ ਅੱਛਾ ਰਿਹਾ। ਸੱਤ ਸਮੁੰਦਰ ਪਾਰ ਤੋਂ ਆਪਣੇ ਕਦਮਾਂ ਦੀ ਕਾਬਲੀਅਤ ਦੇ ਦਮ ਤੇ ਸੁਰਾਂ ਨੂੰ ਪੱਕੀਆਂ ਕਰਕੇ ਆਣ ਪਹੁੰਚਿਆ ਹੈ ਸੋਹਣੇ ਦੇਸ਼ ਪੰਜਾਬ। ਕੈਨੇਡਾ ਤੋਂ ਜਿੱਤ ਕੇ ਆਇਆ ਹੈ ਸੁਰੀਲਾ ਗੱਭਰੂ ਸੁਖਚੈਨ ਸਿੰਘ।
वैसे गुरजीत मजा आ गया है ना, इन्हों नु देख के लगता है कि इस मंच ते खड़े होने लई इन्होंने किन्नी मेहनत की है। कमानी मैं थोड़ा दसदा कि मेहनत कल इन्ह कंटेस्टेंट्स इन्ह फाइनलिस्ट ने नहीं की हैगी, बल्कि इन्हों पिछे एक होर खास परसनैलिटी है जिन्होंने बहुत बाखूबी अपनी जिम्मेदारी निभाई है, तो उन्नी ही मेहनत उन्होंने की है जी। मैं गल कर रहा जी साढ़े कंटेस्टेंट्स के मैंटर वन एंड ओनली स्टार मेकर म्यूजिक डायरैक्टर श्री सुरेंद्र बच्चन जी की एक बार जोरदार ताड़ियाँ उन्होंने बनती ने जी, तो आप हूँ इन्हों ही ताड़ियों के स्वागत करा सुरेंद्र बच्चन जी का साढ़े छे फाइनलिस्ट का। हाँ जी इधरों ताड़ियां दी आवाज थोड़ी घट है जी। वाह जी वाह, वाह जी वाह, क्या बात है, क्या बात है जी, क्या बात है, वखरा ही रूप साढ़े कंटेस्टेंट्स साढ़े फाइनलिस्ट का नजर आ रहा है, जेड़े जेड़े कंटेस्टेंट सी हुण फाइनलिस्ट बन चुके ने जी, है ना। yes, sir. सर बहुत बहुत स्वागत है जी, ते किदां दा महसूस हो रहा है वॉइस ऑफ पंजाब सीजन 9 दा ग्रैंड फिनाले है, बड़े उतार चढ़ाव मुकाबले विच साडे कंटेस्टेंट्स ने देखिया फिर इस मंजिल तक पहुंचे ने जी, ओवरऑल वॉइस ऑफ पंजाब सीजन 9 दे बारे तुहाडा की ख्याल है फिर? सर सीजन 9 ने तो मेरी जिंदगी संवारी है, पर सीजन 9 ने सारे रिकॉर्ड तोड़ते हैं, और ये पहला है कि इन्ना प्यार दिता है सारी ऑडियंस ने, घर बैठे जिहड़े देख रहे हैं जिहड़े इन्हें मेरे बच्चों नूं प्यार दिता है, इन्हों का अपना तपस्या और साढ़े मिशन भरावों ने जो काम किया नाल, और मैं पीटीसी पंजाबी नारायण सर और लक्ष्मण जी का बहुत शुक्रिया अदा करना कि बच्चों आशीर्वाद दे रहे हैं, और परमात्मा करे हुण तुहानूं परफॉर्म करके दसनगे कि सीजन 9 क्यों इन्ना वड्डा आया। वाह जी वाह, इन्हां दी आ गल स्वाद आ जांदा कि मैं अपने बंदे तैयार रखे हुए ने जी, तुसीं बस इन्हां नूं देखियो। सो म्यूजिशियंस लई भी एक बार जोरदार ताड़ी बनदी है जी, इन्हां तों बगैर ये साडा सफर अधूरा सीगा, बहुत वाहवाही भी खट्टी है साडे सारे म्यूजिशियंस भरावां ने जी इस मुकाबले दे विच। ते इस दे नाल ही वॉइस ऑफ पंजाब सीजन 9 दे रिस्पेक्टेड जजेस दे नाल इंट्रोड्यूस करवाने फिर गुरजीत। बिल्कुल जी, साढ़े पहले जज ने जी सुरां दे ओ जादूगर जिन्हां दी आवाज ही है बाकमाल, मैं गल कर रहा जी पंजाबी गायकी दा मान कमल खान, ते साढ़े दूसरे जज की जी आप गल करिए, मैं जी कहण की गल बात दी है, पहला तो समाइल ही कढ लैंदी उन्हां दी जान, ते ओ ने जी अहूजा कराने दे फरजंद जिन्हां दी मैलडी मैलडी है जिन्हां दी शान, मास्टर ऑफ मैलडी सचिन अहूजा। अज साढ़े जजमेंट पैनल दे विच खास तौर पर जुड़े ने ओ जिन्हां ने पूरी दुनिया दे विच अपनी गायकी अपने संगीत अपने गीत दे नाल बात पाई है पंजाबी मां बोली दी, ते रूबरू करवाया है सानू साढ़े पंजाबी सभ्याचार दे नाल। गल कर रही हां विरसे दे वारिस मनमोहन वारिस जी दी। ते हुण वॉइस ऑफ पंजाब सीजन 9 दे चौथे जज ने ओ जिन्हां नूं हमेशा तो ही पंजाबियां दा मिलिया है ढेर सारा प्यार, असीं उन्हां नूं कहने आ गोल्डन स्टार पंजाबी म्यूजिक इंडस्ट्री दे किंग वन एंड ओनली मलकीत सिंह। वाह जी वाह, वाह जी वाह, आय हाय आय हाय, क्या बात है। ते नाल दी नाल जजमेंट पैनल विच बैठे ने जी ਉਹ ਪਰਸਨੈਲਿਟੀ ਜਿਨ੍ਹਾਂ ਦੇ ਕਰਕੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ, ਜਿਨ੍ਹਾਂ ਦਾ ਯੋਗਦਾਨ ਹਮੇਸ਼ਾ ਹੀ ਵਡਮੂਲਾ ਹੁੰਦਾ, ਨਾ ਸਿਰਫ ਚੈਨਲ ਦੇ ਪ੍ਰਤੀ ਬਲਕਿ ਪੀ ਟੀ ਸੀ ਪੰਜਾਬੀ ਦੇ ਜ਼ਰੀਏ ਪੰਜਾਬੀ ਮਾਂ ਬੋਲੀ ਦੇ ਪ੍ਰਤੀ ਵੀ, ਜਿਨ੍ਹਾਂ ਦੀ ਨਜ਼ਰ ਬਹੁਤ ਦੂਰ ਤੱਕ ਦੇਖਦੀ ਆ ਦੂਰਦਰਸ਼ੀ, ਸਾਡੇ ਪੀ ਟੀ ਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਐਂਡ ਪ੍ਰੈਜ਼ੀਡੈਂਟ ਮਿਸਟਰ ਰੁਪਿੰਦਰ ਨਾਰਾਇਣ ਜੀ। ਸੋ ਸਾਰੇ ਜੱਜਿਸ ਦਾ ਸਵਾਗਤ ਵੀ ਹੈ ਅਤੇ ਬੈਸਟ ਆਫ ਲੱਕ ਵੀ ਹੈ, ਕਿਉਂਕਿ ਤੁਹਾਡੇ ਚੁਣੇ ਹੋਏ ਹੀਰੇ ਮੋਤੀ ਅੱਜ ਫਾਈਨਲ ਮੰਚ ਦੇ ਉੱਤੇ ਖੜ੍ਹੇ ਨੇ। ਸਚਿਨ ਭਾਅ ਜੀ, ਵੋਇਸ ਆਫ ਪੰਜਾਬ ਸੀਜ਼ਨ 9 ਦੇ ਸਫ਼ਰ ਬਾਰੇ ਅਤੇ ਇਹਨਾਂ ਸੁਰੀਲਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਵੋਇਸ ਆਫ ਪੰਜਾਬ ਸੀਜ਼ਨ 9 ਦਾ ਜੋ ਸਫ਼ਰ ਹੈ ਉਹ ਬਹੁਤ ਬਹੁਤ ਬਾਕਮਾਲ ਰਿਹਾ, ਬਹੁਤ ਬਾਕਮਾਲ, ਔਰ ਬਹੁਤ ਕਮਾਲ ਦਾ ਹੀ ਗਾਇਆ ਇਹਨਾਂ ਸਾਰਿਆਂ ਨੇ, ਔਰ ਉਮੀਦ ਕਰਦਾ ਹਾਂ ਜੋ ਸਾਡੇ ਕੋਲ ਕੈਨੇਡਾ ਤੋਂ ਪਾਰਟੀਸੀਪੈਂਟ ਆਏ ਉਹ ਪ੍ਰੋਪਰ ਪੂਰੀ ਟੱਕਰ ਦੇਣਗੇ ਇਹਨਾਂ ਸਾਰਿਆਂ ਨੂੰ, ਔਰ ਬਹੁਤ ਬਹੁਤ ਮੁਬਾਰਕਬਾਦ ਸੁਰਿੰਦਰ ਬਚਨ ਭਾਅ ਜੀ ਨੂੰ ਔਰ ਸਾਡੇ ਬੈਂਡ ਨੂੰ,
ਬਹੁਤ ਬਹੁਤ ਕਮਾਲ ਦਾ ਬੈਂਡ ਹੈ, ਇਹਨਾਂ ਲਈ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ। ਔਰ ਇਹ ਗੱਲ ਇੱਕ ਮੈਨੂੰ ਕਹਿੰਦੇ ਬਹੁਤ ਖੁਸ਼ੀ ਹੋ ਰਹੀ ਹੈ ਸਰ ਕਿ ਵੋਇਸ ਆਫ ਪੰਜਾਬ ਇਕਲੌਤਾ ਐਸਾ ਸ਼ੋਅ ਹੈ ਹਿੰਦੁਸਤਾਨ ਦਾ ਜਿੱਥੇ ਔਰਗੈਨਿਕ ਐਂਡ ਰੋਅ ਟੈਲੈਂਟ ਜਿਹੜਾ ਹੈ ਉਹ ਪ੍ਰੋਡਿਊਸ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਉਹ ਸਾਰਾ ਹਿੰਦੁਸਤਾਨ ਲੈ ਕੇ ਜਾਂਦਾ ਸਾਡੇ ਤੋਂ। ਸੋ ਇਹ ਇਕਲੌਤਾ ਸ਼ੋਅ ਹੈ, ਬਹੁਤ ਖੁਸ਼ੀ ਹੈ ਸਾਨੂੰ ਇਸ ਗੱਲ ਦੀ। ਕਮਲ ਭਾਜੀ, ਜਿਹੜੇ ਸਾਰੇ ਫਾਈਨਲਿਸਟ ਹੈ ਤੁਹਾਡੇ ਤੋਂ ਖਾਸ ਤੌਰ 'ਤੇ ਸੁਣਨਾ ਚਾਹੋਗੇ ਕਿਉਂਕਿ ਇੱਦਾਂ ਦੀ ਜਿਹੜੀ ਸਿਚੁਏਸ਼ਨ ਹੈ ਤੁਹਾਡੀ ਜ਼ਿੰਦਗੀ 'ਚ ਵੀ ਆਈ ਹੈ ਬੜੀ ਵਾਰ, ਕੀ ਕਹਿਣਾ ਚਾਹੋਗੇ ਇਹਨਾਂ ਸਾਰੇ ਫਾਈਨਲਿਸਟ ਨੂੰ? ਸਭ ਤੋਂ ਪਹਿਲਾਂ ਤਾਂ ਗੁਰੂਆਂ ਦੀ ਧਰਤੀ ਨੂੰ ਮੇਰਾ ਨਤਮਸਤਕ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੰਮ੍ਰਿਤਸਰ ਵਾਲਿਓ, ਔਰ ਸਾਰਿਆਂ ਨੂੰ ਇਹ ਜਿੰਨੇ ਵੀ ਸੁਰੀਲੀਆਂ ਆਵਾਜ਼ਾਂ ਮੈਂ ਕਹਿ ਸਕਦਾ ਸੁਰੀਲੀਆਂ ਆਵਾਜ਼ਾਂ ਵੋਇਸ ਆਫ ਪੰਜਾਬ ਦੀਆਂ, ਔਰ ਗੁੱਡ ਲੱਕ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਮੈਨੂੰ ਉਹ ਦਿਨ ਮੇਰਾ ਯਾਦ ਆ ਗਿਆ 2010 25 ਦਸੰਬਰ, ਕਿਉਂਕਿ ਸੇਮ ਮੈਂ ਵੀ ਇਸੀ ਜਗ੍ਹਾ 'ਤੇ ਖੜਾ ਸੀ। ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁੱਡ ਲੱਕ, ਬਾਬਾ ਜੀ ਮਿਹਰ ਕਰਨ, ਤੁਸੀਂ ਆਲਰੇਡੀ ਵਿਨਰ ਹੋ ਸਾਰੇ ਜਣੇ, ਆਲਰੇਡੀ ਸਟਾਰ ਹੋ, ਤੁਹਾਨੂੰ ਦੁਨੀਆ ਪਿਆਰ ਕਰਦੀ ਹੈ, ਬਸ ਅੱਜ ਉਹ ਗੱਲ ਯਾਦ ਰੱਖਿਓ, 3 ਮਿੰਟ ਜਿਹੜੇ ਤੁਹਾਡੇ ਹੈਗੇ ਨੇ ਬੈਸਟ ਛਾ ਦਿਓ। ਗੋਡ ਬਲੈਸ ਯੂ। ਮਲਕੀਤ ਜੀ, ਤੁਹਾਡੀ ਪੋਜ਼ਿਟਿਵਿਟੀ ਹਮੇਸ਼ਾ ਸਾਡੇ ਸ਼ੋਅ ਦੇ ਨਾਲ ਜੁੜੀ ਰਹੀ ਹੈ ਅਤੇ ਉਹ ਨਜ਼ਰ ਵੀ ਆਈ ਹੈ ਹਰੇਕ ਦੀ ਪਰਫਾਰਮੈਂਸ ਨੂੰ ਲੈ ਕੇ, ਜੀ ਕੀ ਕਹਿਣਾ ਚਾਹੋਗੇ ਵੋਇਸ ਆਫ ਪੰਜਾਬ ਸੀਜ਼ਨ 9 ਦੇ ਲਈ? ਹਾਂਜੀ, ਸਭ ਤੋਂ ਪਹਿਲਾਂ ਤਾਂ ਗੁਰੂਆਂ ਦੀ ਧਰਤੀ 'ਤੇ ਆਪਾਂ ਸਾਰੇ ਅੱਜ ਇਕੱਠੇ ਹੋਏ ਹਾਂ। ਅੰਮ੍ਰਿਤਸਰੀਓ, ਬੋਲੇ ਸੋਨਿਹਾਲ, ਅਤੇ ਜੇ ਆਪਾਂ ਹੁਣ ਗੱਲ ਕਰੀਏ ਇਹਨਾਂ ਦਾ ਸਾਰਿਆਂ ਦਾ ਕੰਟੈਸਟੈਂਟ ਲਈ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਗੁੱਡ ਲੱਕ, ਐਂਡ ਸਾਡੇ ਲਈ ਤੁਸੀਂ ਸਾਰੇ ਵਿਨਰ ਹੋ, ਕਿਉਂਕਿ ਬਹੁਤ ਹੀ ਐਰਕੀ ਸਰ ਸਾਨੂੰ ਇੰਨਾ ਮਤਲਬ ਔਖਾ ਹੋਇਆ ਜਜਮੈਂਟ ਦੇ ਲਈ, ਕਿਉਂਕਿ ਹਰ ਮੁੰਡਾ ਹਰ ਕੁੜੀ ਇੰਨੀ ਤਿਆਰੀ ਕਰਕੇ ਆਏ ਸੀ ਕਿ ਹਰ ਹੀ ਸਾਨੂੰ ਲੱਗਦਾ ਸੀ ਕਿ ਇਹ ਫਾਈਨਲਿਸਟ ਬਣੂਗਾ, ਇਹ ਫਾਈਨਲ ਬਣੂਗਾ, ਲੇਕਿਨ ਇਹਨਾਂ ਦੇ ਵਿੱਚੋਂ 6 ਹੀ ਜਿਹੜੇ ਨੇ ਇਹ ਇੰਨੇ ਸਰੀਲੇ ਔਰ ਇੰਨੇ ਵਧੀਆ ਨੇ, ਔਰ ਤੁਹਾਨੂੰ ਅੱਜ ਇਹਨਾਂ ਮੈਨੂੰ ਲੱਗਣਾ ਇਹਨਾਂ ਪੂਰੇ ਫੱਟੇ ਚੱਕ ਦੇਣੇ ਆ, ਔਰ ਅੰਮ੍ਰਿਤਸਰ ਪੂਰਾ ਰੌਕ ਕਰ ਦੇਣਾ ਇਹਨਾਂ ਨੇ, ਰੌਕ ਚੱਕ ਦੇਣੇ ਅੱਜ। ਕਿਉਂ ਜੀ, ਰੈਡੀ ਹੋ ਫਿਰ? ਰੈਡੀ ਹੋ ਮੁੰਡਿਓ, ਕੁੜੀਓ, ਰੈਡੀ ਹੋ? ਹਾਂਜੀ, ਹਾਂ, ਬਹੁਤ ਸੋਹਣਾ ਗਾਇਓ, ਗੁੱਡ ਲੱਕ, ਐਂਡ ਐਨ ਤਸੱਲੀ ਨਾਲ ਗਾਉਣਾ, ਤੁਹਾਨੂੰ ਸਾਰੀ ਦੁਨੀਆ ਦੇ ਵਿੱਚ ਅੱਜ ਵੇਖ ਰਹੇ ਨੇ ਸਾਰੇ ਲੋਕ, ਔਰ ਬਹੁਤ ਵਧੀਆ ਢੰਗ ਦੇ ਨਾਲ ਤੁਸੀਂ ਗਾਉਣਾ। ਓਕੇ, ਗੁੱਡ ਲੱਕ, ਗੁੱਡ ਲੱਕ। ਮਨਮੋਹਨ ਵਾਰਿਸ ਭਾਜੀ, ਤੁਹਾਡੇ ਤੋਂ ਵੀ ਓਬਵੀਅਸਲੀ ਬੈਸਟ ਆਫ ਲੱਕ ਵਿਸ਼ਿਸ਼ ਤੁਹਾਡੇ ਵੱਲੋਂ ਚਾਹੁੰਦੇ ਨੇ ਸਾਡੇ ਸਾਰੇ ਸੁਰੀਲੇ ਜੀ। ਹੈਲੋ, ਹਾਂਜੀ, ਮੈਂ ਬੜਾ ਖੁਸ਼ਕਿਸਮਤ ਸਮਝਦਾ ਅੱਜ ਗੁਰੂਆਂ ਦੀ ਧਰਤੀ 'ਤੇ ਇਹ ਪਵਿੱਤਰ ਜਗ੍ਹਾ 'ਤੇ ਇਹ ਜਿਹੜੇ ਨੌਜਵਾਨ ਆ ਆਪਣੇ ਭਵਿੱਖ ਨੂੰ ਸੰਵਾਰਨ ਲਈ ਖੜ੍ਹੇ ਆ। ਮੈਂ ਰਵਿੰਦਰ ਨਾਰਾਇਣ ਜੀ, ਤੁਹਾਨੂੰ ਲੱਖ ਲੱਖ ਮੁਬਾਰਕਬਾਦ। ਸੀਜ਼ਨ 9 ਚੱਲ ਪਿਆ ਅਤੇ ਜਿਵੇਂ ਜਿਵੇਂ ਸੀਜ਼ਨ ਅੱਗੇ ਵਧੀ ਜਾਂਦੇ ਆ, ਮੈਂ ਮਲਕੀਤ ਵੀਰ ਜੀ ਨਾਲ, ਹੂਜਾ ਸਾਹਿਬ ਨਾਲ ਅਤੇ ਕਮਲ ਨਾਲ ਗੱਲ ਕਰਦਾ ਸੀ, ਪਿਛਲੇ ਇੱਦਾਂ ਨਹੀਂ ਹੈ ਕਿ ਪਹਿਲਿਆਂ 'ਚ ਜਿਹੜੇ ਸੀਗੇ ਉਹ ਕੋਈ ਘੱਟ ਸੀਗੇ, ਪਰ ਇਸ ਵਾਰੀ ਡਿਸਾਈਡ ਕਰਨਾ ਬਹੁਤ ਮੁਸ਼ਕਲ ਆ ਕਿ ਕਿਹੜਾ ਪਹਿਲੇ ਨੰਬਰ 'ਤੇ ਆ, ਕਿਹੜਾ ਦੂਜੇ 'ਤੇ। ਉਹ ਤਾਂ ਹੈਗਾ, ਇੱਕ ਰਸਮ ਆ, ਕਰਨੀ ਪੈਣੀ ਆ, ਪਰ ਮੈਂ ਪਿਛਲੇ ਸਾਰੇ ਐਪੀਸੋਡ ਵੇਖੇ ਆ, ਸੁਰਿੰਦਰ ਬੱਚਨ ਸਾਹਿਬ ਨੇ ਇੰਨੀ ਮਿਹਨਤ ਨਾਲ ਇਹਨਾਂ ਨੂੰ ਸ਼ਿੰਗਾਰਿਆ। ਸੋ ਮੈਂ ਤਾਂ ਪਹਿਲਾਂ ਇਹ ਕਹਾਂਗਾ ਕਿ ਅੱਜ ਤੁਸੀਂ ਗੁਰੂਆਂ ਦੀ ਧਰਤੀ 'ਤੇ ਖੜ੍ਹੇ ਹਾਂ, ਅੱਜ ਫਿਨਾਲੇ ਦੇ ਵਿੱਚ ਤੁਸੀਂ ਸਮਝ ਲਓ ਸਾਰੇ ਜਿੱਤੇ ਹੋਏ ਆ, ਇੱਥੇ ਤੱਕ ਪਹੁੰਚਣਾ ਹੀ ਜਿੱਤ ਹੁੰਦੀ ਆ। ਸੋ ਬਹੁਤ ਤੁਹਾਡੀ ਪ੍ਰਾਪਤੀ ਆ ਇੱਥੇ ਤੱਕ ਪਹੁੰਚਣਾ, ਇੱਥੋਂ ਅੱਗੇ ਰਸਤੇ ਸਾਰੇ ਹੀ ਖੁੱਲ੍ਹੇ ਆ ਤੁਸੀਂ ਜਿਹਨੂੰ ਵੀ ਜਾਓਗੇ। ਸੋ ਇਸ ਫੰਕਸ਼ਨ ਦਾ, ਇਸ ਅੱਜ ਦੇ ਇਸ ਗ੍ਰੈਂਡ ਫਿਨਾਲੇ ਦਾ ਹਿੱਸਾ ਬਣ ਕੇ ਮੈਂ ਬਹੁਤ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ। ਮੈਨੂੰ ਵੀ ਪਹਿਲੇ ਦਿਨ ਯਾਦ ਆ ਗਿਆ ਜਦੋਂ ਕਾਲਜ ਵੱਲੋਂ, ਸਕੂਲ ਵੱਲੋਂ ਕੰਪੀਟੀਸ਼ਨਾਂ 'ਚ ਜਾਂਦੇ ਸੀ। ਸੋ ਅੱਜ ਫਿਰ ਨਵੇਂ ਬਣ ਕੇ ਇੱਥੋਂ ਅਸੀਂ ਵੀ ਜਾਵਾਂਗੇ। ਬਹੁਤ ਬਹੁਤ ਮੁਬਾਰਕ ਜੀ। ਵਾਹ, ਕੀ ਬਾਤ ਹੈ ਜੀ। ਰਵਿੰਦਰ ਨਾਰਾਇਣ ਸਰ, ਇੱਕ ਵਾਰ ਤੁਹਾਡੇ ਤੋਂ ਵੀ ਵਿਸ਼ੇਸ਼ ਚਾਹੁੰਦੇ ਨੇ ਸਾਰੇ ਸਾਡੇ ਫਾਈਨਲਿਸਟ, ਕੀ ਕਹਿਣਾ ਚਾਹੋਗੇ ਜੀ ਇਸ ਸਫ਼ਰ ਬਾਰੇ ਅਤੇ ਫਾਈਨਲਿਸਟ ਨੂੰ ਆਪਣੇ ਵੱਲੋਂ ਕਿੱਦਾਂ ਵਿਸ਼ੇਸ਼ ਦੇਣੀਆਂ ਚਾਹੋਗੇ ਜੀ? ਅੱਜ ਪੂਰਾ ਦੇਸ਼ ਹੀ ਖੁਸ਼ੀ ਮਨਾ ਰਿਹਾ, ਦੇਸ਼ ਦਾ ਬੇਟਾ ਅਭਿਨੰਦਨ ਵਾਪਸ ਆਇਆ, ਅਤੇ ਸਾਡੀ ਤਾਂ ਮੁਰਾਦ ਇਹ ਹੈ ਕਿ ਜਿਹੜੀ ਵੀ ਜੰਗ ਹੋਵੇ ਇੱਦਾਂ ਦੇ ਸੁਰੀਲੇ ਸਟੇਜਾਂ 'ਤੇ ਹੋਵੇ, ਅਤੇ ਬਾਕੀ ਕਿਸੇ ਮਾਂ ਦਾ ਪੁੱਤ ਕਿਸੇ ਦੁਸ਼ਮਣ ਦੇ ਕੋਲ ਜਾ ਕੇ ਹਿਊਮੀਲੇਟ ਨਾ ਹੋਏ, ਕਿਸੇ ਨੂੰ ਜਾਨ ਨਾ ਗੁਆਉਣੀ ਹੋਏ, ਦੁਨੀਆ ਭਰ 'ਚ ਲੋਕ ਸ਼ਾਂਤੀ ਨਾਲ ਵਸਣ। ਜਿੱਥੇ ਤੱਕ ਗੱਲ ਰਹੀ ਵੋਇਸ ਆਫ ਪੰਜਾਬ 9 ਦੀ, ਮੇਰਾ ਨਹੀਂ ਖਿਆਲ ਇਸ ਤੋਂ ਵੱਡਾ ਮੁਕਾਬਲਾ ਪਹਿਲਾਂ ਕਦੇ ਹੋਇਆ, ਨਾ ਹੀ ਇੰਨੀ TRP ਕਦੇ ਆਈ। ਉਹਦਾ ਰੀਜ਼ਨ ਇਹ ਹੈ ਇਹਨਾਂ 'ਚ ਟੈਲੈਂਟ ਬੜਾ ਹੈ, ਅਤੇ ਜਿਹੜੇ ਟੈਲੈਂਟ ਦੇ ਪਾਰਖੀ ਜੱਜਸ ਸੀ ਉਹ ਹੀਰੇ ਉਹਨਾਂ ਨੇ ਕੱਢੇ, ਉਹ ਹੀਰੇ ਜਿਹੜੇ ਆਏ ਨੇ ਉਹ ਉਹਨਾਂ ਦੀ ਚਮਕ ਪਹਿਲਾਂ ਤੋਂ ਹੀ ਸਭ ਨੂੰ ਨਜ਼ਰ ਆ ਰਹੀ ਹੈ, ਅਤੇ ਅੱਜ ਤਾਂ ਪੂਰਾ ਹੀ ਲਿਸ਼ਕਾਰੇ ਮਾਰਨਗੇ। ਅਤੇ ਮੇਰਾ ਇਹ ਖਿਆਲ ਹੈ ਕਿ ਸਾਰੀ ਆਡੀਅੰਸ ਜਿਹੜੀ ਇੱਥੇ ਬੈਠੀ ਹੈ ਅਤੇ ਦੁਨੀਆ ਭਰ ਜਿੱਥੇ ਦੇਖ ਰਹੇ ਹਾਂ, ਉਹ ਸਾਰੇ ਵੇਖਣਗੇ ਕਿ ਪੰਜਾਬ ਦੀ ਧਰਤੀ ਅਸਲ 'ਚ ਕੀ ਹੈ ਅਤੇ ਪੰਜਾਬ ਦੇ ਹੀਰੇ ਕੀ ਫਸਲਾਂ 'ਚੋਂ ਨਿਕਲਦੇ। ਕੀ ਬਾਤ ਹੈ ਜੀ, ਇੱਕ ਵਾਰ ਜ਼ੋਰਦਾਰ ਤਾੜੀਆਂ ਹੋ ਜਾਣ ਜੀ।
ਇਹ ਜਿਹੜੇ ਕੰਪਲੀਮੈਂਟ ਸਾਰਿਆਂ ਨੂੰ ਮਿਲੇ, ਇੱਕ ਜੋਸ਼ ਸਾਰਿਆਂ ਵਿੱਚ ਪੈਦਾ ਕਰ ਦਿੱਤਾ ਤੁਹਾਡੀਆਂ ਇਹਨਾਂ ਗੱਲਾਂ ਨੇ। ਸੁਰਿੰਦਰ ਸਰ, ਤੁਹਾਨੂੰ ਯਾਦ ਹੈ ਕਿ ਜਦੋਂ ਵੌਇਸ ਆਫ ਪੰਜਾਬ ਸੀਜ਼ਨ 9 ਦੇ ਆਡੀਸ਼ਨ ਸ਼ੁਰੂ ਹੋਏ ਸੀਗੇ, ਹਾਂਜੀ ਹਾਂਜੀ, ਸਾਡੇ ਜੱਜਿਸ ਵੱਲੋਂ ਖਾਸ ਤੌਰ ਤੇ ਸਚਿਨ ਭਾਜੀ ਵੱਲੋਂ ਇੱਕ ਬੜਕ ਰਾਗ ਇੰਟਰੋਡਿਊਸ ਕੀਤਾ ਗਿਆ ਸੀ, ਤੇ ਮੇਰੇ ਖਿਆਲ ਵਿੱਚ ਉਹ ਬੜਕ ਦੇ ਵਿੱਚ ਜੋਸ਼ ਵੀ ਹੁੰਦਾ ਸੀਗਾ, ਪਹਿਲਾਂ ਹੀ ਵੱਜਣ ਲੱਗ ਗਈ ਬੜਕ, ਜੋਸ਼ ਵੀ ਸੀਗਾ ਤੇ ਹੌਸਲਾ ਵੀ ਸੀਗਾ, ਤੇ ਹੌਸਲੇ ਤੇ ਜੋਸ਼ ਦੀ ਅੱਜ ਇਹਨਾਂ ਨੂੰ ਹੋਰ ਵੀ ਲੋੜ ਹੈਗੀ ਆ। ਜੀ ਜੀ, ਤਾਂ ਬੱਚੇ ਤਿਆਰ ਹੈ ਜੀ ਬੜਕ ਮਾਰਨ ਦੇ ਲਈ? ਹਾਂਜੀ ਜੀ। ਬਾਕੀ ਪਿੰਡ ਵਾਲਿਓ ਇੱਧਰ ਤੁਸੀਂ ਤਿਆਰ ਹੋ? ਬੜਕ ਮਾਰਨੀ ਹੈ, ਬੜਕ ਰਿਆ ਰਾਗ ਜਿਹੜਾ ਹੈ ਤਿਆਰ ਹੈ। ਹਾਂਜੀ ਸਰ, ਤੁਸੀਂ ਮੇਰੇ ਡਾਇਰੈਕਸ਼ਨ ਨਾਲ। ਬਿਲਕੁਲ ਬਿਲਕੁਲ ਜੀ, 1 2 3 4 ਸੋ ਆਲ ਦ ਬੈਸਟ, ਤੇ ਹੁਣ ਤਿਆਰੀਆਂ ਖਿੱਚ ਦੋ, ਸਭ ਦਾ ਦਿਲ ਜਿੱਤ ਕੇ ਲੈ ਕੇ ਜਾਣਾ ਤੁਸੀਂ ਸਾਰਿਆਂ ਨੇ। ਇੱਕ ਵਾਰ ਜ਼ੋਰਦਾਰ ਤਾੜੀਆਂ ਸਾਰੇ ਫਾਈਨਲਿਸਟ ਲਈ ਤੇ ਸੁਰਿੰਦਰ ਬਚਨ ਦੇ ਲਈ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਸੋ ਮਚ।